juegos de la época, sí. Ajá. Ajá. ਲਾਉਲੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਭ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਅੱਜ ਅਸੀਂ ਪਹਿਲਾ ਭਾਗ ਪਾਇਆਗਾ ਸਰਪੰਚ ਦੀਆਂ ਤਿੰਨ ਘਰ ਵਾਲੀਆਂ ਇਹਦੇ ਵਿੱਚ ਥੋੜ੍ਹਾ ਜਿਹਾ ਇੰਟਰੈਕਟ ਘੱਟ ਸੀਗਾ ਜਿਹੜਾ ਹੁਣ ਦੂਜਾ ਭਾਗ ਆਊਗਾ ਉਹਦੇ ਤੋਂ ਹਿਸਾਬ ਲਾ ਰਹੇ ਜੀ ਬਹੁਤ ਬਹੁਤ ਕੁੱਤੇ ਖਾਣੀ ਹੋਣ ਵਾਲੀ ਮੇਰੇ ਨਾਲ ਤਾਂ ਜਿਹੜੀ ਹੋਊਗੀ ਹੋਊਗੀ ਆਹ ਵੀ ਕਰਦੀ ਹੈਗੀ ਤੇ ਇਹਦੇ ਨਾਲ ਵੀ ਬਹੁਤ ਕੁਛ ਹੋਣ ਵਾਲਾ ਗਾ ਤੇ ਤੁਸੀਂ ਇੰਟਰਸਟ ਦੇਖੋ ਕਾਂ ਤੇ ਜਿਹੜੀ ਤੀਜੀ ਆ ਕੇ ਵੜ ਗਈ ਵਿੱਚ ਜੀ ਕੁਛ ਹੋਣਾ ਜੀ ਬਹੁਤ ਕੁਛ ਹੋਣ ਵਾਲਾ ਗਾ ਤੇ ਤੁਸੀਂ ਮਨ ਲਾ ਕੇ ਦੇਖੋ ਤਿੰਨ ਸਾਰੇ ਭਾਗ ਜਿਹੜੇ ਆਪਣੇ ਆਉਣਗੇ ਤੇ ਬਹੁਤ ਜ਼ਬਰਦਸਤ ਤੇ ਬਹੁਤ ਕੁਛ ਹੋਣ ਵਾਲਾ ਇਹਨਾਂ ਚ ਪਰ ਮੈਂ ਤਾਂ ਇਹ ਗੱਲ ਕਹਿਣਾਗਾ ਵੀ ਵਿਆਹ ਆਪਾਂ ਜਿਹੜੇ ਹਿਸਾਬ ਨਾਲ ਮੇਰੇ ਨਾਲ ਹੋ ਰਿਹਾ ਕੰਮ ਵੀ ਕੋਈ ਬਹੁਤ ਹੁੰਦਾ ਕੀ ਲੈਣਾ ਮੈਂ ਤਾਂ ਤੈਨੂੰ ਨਾ ਪੰਗਾ ਲੈ ਕੇ ਬਹਿ ਗਿਆ ਜੀ ਇਹ ਮੈਨੂੰ ਤਾਂ ਠੀਕ ਨਹੀਂ ਲੱਗਿਆ ਬਾਕੀ ਆਹ ਦੱਸੋਗੇ ਆਪਣਾ ਬੋਲੋ ਜੀ ਹਾਂਜੀ ਇਹ ਕਹਿਣਾ ਚਾਹੁੰਦੇ ਇਸ ਤਾਂ ਨਾ ਵੀ ਤੁਸੀਂ ਇਹਦੇ ਲਗਾਤਾਰ ਭਾਗ ਆ ਰਹੇ ਨੇ ਕੱਲ ਦੇ ਦਿਨ ਛੱਡ ਕੇ ਪਰਸੋਂ ਨੂੰ ਫੇਰ ਨੈਕਸਟ ਪਾਰਟ ਆ ਰਿਹਾ ਦਾ ਤੁਸੀਂ ਉਹਨੂੰ ਦੇਖਿਓ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਹੁਤ ਜ਼ਬਰਦਸਤ ਭਾਗ ਆ ਤੁਹਾਡਾ ਇੰਟਰਸਟ ਵੀ ਸੈਕਿੰਡ ਪਾਰਟ ਚ ਇਹ ਤੋਂ ਵੀ ਜ਼ਿਆਦਾ ਬਣੂਗਾ ਹਨਾ ਤੁਸੀਂ ਅਗਲੇ ਭਾਗ ਤਾਂ ਆਪ ਹੀ ਦੇਖੋਗੇ ਵੀ ਕਿੰਨੇ ਵਧੀਆ ਨੇ ਸਕਿਪ ਨਾ ਕਰਿਓ ਕੋਈ ਵੀ ਭਾਗ ਸਾਰੇ ਦੇਖਿਓ ਜੀ ਇਹਦੇ ਵਿੱਚ ਬੰਦੇ ਚੁੱਪ ਰਹਿਣ ਵਾਲੇ ਵੀ ਜਿਹੜੇ ਆਰਾਮ ਨਾਲ ਦਿਖਾਣਗੇ ਅੱਜ ਮੈਨੂੰ ਤਾਂ ਇਹ ਵਾਧੂ ਦੇ ਤੰਗ ਕਰੀ ਜਾਂਦੇ ਜੀ ਮੇਰੀ ਸਰੀਰ ਦਾ ਬਹੁਤ ਫਾਇਦਾ ਉਠਾਉਂਦੇ ਨੇ ਪਰ ਤੁਸੀਂ ਮਾੜਾ ਜਿਹਾ ਮੇਰੇ ਨਾਲ ਮੇਰੇ ਹੱਕ 'ਚ ਬੋਲਿਓ ਕਿ ਕੀ ਗੱਲਬਾਤ ਹੈ ਜੀ ਜਿੰਨਾ ਕਿ ਇਹ ਚੁੱਪ ਨੇ ਉਹਨਾਂ ਕੋ ਫਿਰ ਮੈਨੂੰ ਆ ਕੇ ਦਸਾਂ ਮੈਡਮ ਨੇ ਮੈਨੂੰ ਚੁੱਪ ਕਰਾ ਦੇਣਾ ਹਨਾ ਤੁਸੀਂ ਉਹ ਦੇਖੋ ਉੱਥੇ ਵੀ ਬਹੁਤ ਮਜ਼ਾ ਆਉਣਾ ਤੁਹਾਨੂੰ ਕਰਨੀ ਭਾਵੀ ਇੱਥੇ ਫੜ ਦੇ ਜਾਣਾ ਜੀ ਦੇਖ ਲਿਓ ਤੁਸੀਂ ਵੀਡੀਓ ਦੇ ਵਿੱਚ ਬਹੁਤ ਜ਼ਬਰਦਸਤ ਬਣਨ ਵਾਲਾ ਤੇ ਕਹਾਂ ਕੀ ਹੋਣਾ ਨਵੇਂ ਤੋਂ ਨਵੇਂ ਇਹਦੇ ਵਿੱਚ ਬੰਦਾ ਹੋਰ ਵੀ ਐਡ ਕਰਾਂਗੇ ਅਸੀਂ ਤੇ ਬੜਾ ਕੁਝ ਹੋਊਗਾ ਸਾਨੂੰ ਵੀ ਪਤਾ ਲੱਗਣਾ ਕਿ ਕੀ ਹੋ ਗਿਆ ਕੀ ਹੋ ਗਿਆ ਹਾਂ ਤੇ ਤੁਸੀਂ ਇਹ ਜਿਹੜਾ ਪਰਸੋਂ ਭਾਗ ਆਉਣਾ ਆਪਣਾ ਪਰਸੋਂ 9 ਵਜੇ ਪਾਵਾਂਗੇ ਦੇਖੇ ਤੁਸੀਂ ਜ਼ਬਰਦਸਤ ਭਾਗ ਆਊਗਾ ਮਨ ਲਾ ਕੇ ਦੇਖਿਓ ਉਹ ਤੋਂ ਬੜਾ ਕੁਝ ਹੋਣ ਵਾਲਾ ਕਿਉਂ ਪਹਿਲਾ ਸਟੋਰੀ ਮੰਨ ਕੇ ਜਾ ਅੱਜ ਤਾਂ ਸ਼ੁਰੂ ਹੋਈ ਹੈ ਹਜੇ ਤੇ ਹਜੇ ਇਸ ਤੋਂ ਬਾਅਦ ਫਿਰ ਕੰਮ ਤਾਂ ਇਸ ਤੋਂ ਬਾਅਦ ਹੀ ਸਟਾਰਟ ਹੋਊਗਾ ਅਜੇ ਤਾਂ ਮੰਨ ਕੇ ਜੇ ਦੂਜਾ ਵਿਆਹ ਆਪਣਾ ਇਹਦੇ ਰੀਤ ਨਾਲ ਹੀ ਹੋਇਆ ਸੀਗਾ ਤੇ ਰੀਤ ਇਸ ਤੋਂ ਬਾਅਦ ਕੀ ਮਿਲੇ ਨਾ ਕਰੂਗਾ ਤੀਜਾ ਭਾਗ ਆਊਗਾ ਤੇ ਤੀਜੀ ਤੋਂ ਜਾ ਕੇ ਬੜੀ ਜ਼ਬਰਦਸਤ ਬਣ ਜੂਗਾ ਜੀ ਤੀਜੇ ਚ ਸੱਚ ਐਂਡੀ ਕਹਿ ਦੋ ਗਰੀਤ ਨੂੰ ਗਾਲਾਂ ਨਾ ਕੱਢੋ ਚਲੋ ਮੈਂ ਕਹਿ ਦਿੰਦੀ ਆ ਛੋਟੀ ਭੈਣ ਹੈਗੀ ਗਾਲਾਂ ਨਾ ਕੱਢੇ ਇਹ ਰੋ ਰੋਂਦਾ ਹੈ ਨਾ ਨਵਾਉਣਾ ਪੈਂਦਾ ਜੇ ਜੇ ਮੇਰੇ ਪਪਾ ਹੀ ਪਵੇਂ ਰੋ ਰਹੀ ਆ ਮੇਰੀ ਤਾਂ ਕੁੱਤੇ ਖਾਣੀ ਬਹੁਤ ਹੋ ਗਈ ਨਾ ਕੋਈ ਨਾ ਪਪਾ ਦੀ ਰੋ ਹੋਊਗਾ ਮੇਰੇ ਮੈਨੂੰ ਨਾ ਮੈਂ ਤਾਂ ਤੈਨੂੰ ਕੋ ਛੋਟੀ ਭੈਣ ਬਣਾ ਕੇ ਲਿਆਂਦਾ ਸੀ ਉਹ ਤਾਂ ਮੇਰੇ ਨਾਲ ਵੀ ਕੁੱਤੇ ਖਾਣੀ ਕਰੀ ਗਈ ਚਲ ਬਸ ਫੋਨ ਨਾ ਹੋਵੋ ਚਲੋ ਜੀ ਫਿਰ ਵੀ ਆਪਾਂ ਸਾਰਾ ਧੰਨਵਾਦ ਕਰਦੇ ਆ ਤੇ ਆਪਣੀ ਮੂਵੀ ਮਾਨ ਲਾ ਕੇ ਦੇਖੋ ਇੱਕ ਕਮੈਂਟ ਜਰੂਰ ਕਰਿਆ ਕਰੋ ਵੀ ਕਮੈਂਟਾਂ ਨੂੰ ਸਾਨੂੰ ਪਤਾ ਲੱਗ ਜਾਂਦਾ ਤੁਸੀਂ ਕਿਹੋ ਜਿਹੀ ਮੂਵੀ ਚਾਹੁੰਦੇ ਅਸੀਂ ਉਹ ਜਿਹੀ ਜਰੂਰ ਬਣਾਵਾਂਗੇ ਵੱਧ ਤੋਂ ਵੱਧ ਤੁਹਾਡਾ ਸਾਨੂੰ ਸਹਿਯੋਗ ਚਾਹੀਦਾ ਇੱਕ ਤੁਹਾਨੂੰ ਹੋਰ ਦੱਸਦੇ ਆ ਆਪਣਾ ਚਾਨਣ ਵਾਲੇ ਵਾਲੀ ਚੈਨਲ ਆ ਇੱਕ ਚਾਨਣਾ ਸਰਪੰਚ ਹੈਗਾ ਇੱਕ ਆਪਾਂ ਫੇਸਬੁੱਕ ਤੇ ਬਣਾਤਾ ਚਾਨਣਾ ਵਾਲੇ ਵਾਲੀ ਜਿਹੜਾ ਫੇਸਬੁੱਕ ਤੇ ਉਹਦੇ ਤੁਸੀਂ ਦੇਖੋ ਨਵੇਂ ਨਵੇਂ ਆਪਾਂ ਚੀਜ਼ਾਂ ਪਾ ਰਹੇ ਆ ਵਧੀਆ ਪਾ ਰਹੇ ਆ ਉਹ ਵੀ ਤੁਸੀਂ ਸਬਸਕ੍ਰਾਈਬ ਕਰੋ ਤੇ ਕਹਾਂ ਕਹਾਂ ਵੀ ਭੇਜਿਆ ਕਰੋ ਸਬਸਕ੍ਰਾਈਬ ਕਰੋ ਤੇ ਕਮੈਂਟ ਤਾਂ ਨਾ ਇੰਨੇ ਕਰਿਆ ਕਰੋ ਕਿ ਅਸੀਂ ਪੜ੍ਹਦੇ ਪੜ੍ਹਦੇ ਥੱਕ ਜੀਏ ਕਿਉਂਕਿ ਸਾਨੂੰ ਪਤਾ ਲੱਗਣਾ ਚਾਹੀਦਾ ਸਾਡੇ ਚ ਕੀ ਕਮੀਆਂ ਨੇ ਕੀ ਖੂਬੀਆਂ ਨੇ ਹਨਾ ਜਿੱਥੇ ਸਾਡੀ ਕਮੀਆਂ ਨੇ ਸੇ ਨੂੰ ਸੁਧਾਰੀਏ ਉਹ ਜ਼ਰੂਰ ਕਰਿਆ ਕਮੈਂਟ ਅਸੀਂ ਹਰੇਕ ਦੇ ਦੇਖਦੇ ਆਂ ਜਰੂਰ ਪੜ੍ਹਦੇ ਸਾਰੇ ਕਿਹੜੇ ਬਾਈ ਨੇ ਕਮੈਂਟ ਕਰਿਆ ਭਾਵੇਂ ਪਿੰਡ ਵੀ ਨਾਲ ਲਿਖ ਲਿਖਦੇ ਆ ਸਾਨੂੰ ਪਤਾ ਲੱਗ ਜਾਏਗਾ ਆ ਬਾਈ ਨੇ ਫਲਾਣੇ ਪਿੰਡ ਤੋਂ ਆਪਣਾ ਮੈਸੇਜ ਕਰਿਆਗਾ ਕਮੈਂਟ ਕਰਿਆਗਾ ਤੇ ਅਸੀਂ ਜਰੂਰ ਦੇਖਦੇ ਆਂ ਇਹ ਯਾਰ ਨੇ ਤੁਸੀਂ ਕਮੈਂਟ ਕਰਤਾ ਜੀ ਨਹੀਂ ਦੇਖਦੇ ਅਸੀਂ ਸਮਾਰ ਕੇ ਦੇਖਦੇ ਆਂ ਕਿਹੜੇ ਬਾਈ ਦਾ ਤੇ ਸਭ ਦਾ ਜਿਹੜੇ ਬਾਈ ਕਮੈਂਟ ਕਰਦੇ ਨਾਲੇ ਆਪਣੇ ਦੇਖਦੇ ਆਂ ਸਭ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਜੀ।